अस्सलाम वालेकुम मौजूद नाज़रीन ते नाज़रीन जे सदर भाई स्पैशल सानू जबरदस्ती लाए आ उहदे असीं टूरनामेंट दा तरफा कवरेज कर रहे हैं जी। सदर भाई टूरनामेंट करवा रहे मियाँ सदर पहला जी पहला मियाँ सदर ट्रेनिंग बाल क्रिकेट टूरनामेंट साढ़े इस चैनल से वीडियो भी लगी हुई है तुम देख रहे हो तो स्पैशल सूद ला के आए हैं भाई फूड के तो मियाँ साहब का असं शुक्रिया अदा भी करते हैं तो बाकी असं रिव्यू भी देवे तो सूँ कैसा लगे इन्होंने जरा फूड का भी जो तो रिव्यू दे के तुम दसागे भी सानू अच्छा लगेगा सदर भाई तुम अच्छा कहना ठीक हो गया जी। तो सदर भाई को पूछो सदर भाई तुम जो टूरनामेंट तुम ओपन है पहला टूरनामेंट करवा रहे हो पहले तुम कह रहे हो शॉर्ट टूरनामेंट कर रहे थे इलाके से हूँ तुम ओपन करवाया तो तुम कैसा लगा वे रिस्पोंस कैसा वे तो कैसा तजर्बा कैसा हो तजर्बा रब का शुक्र दिमाग बहुत डर रब ने क्रिकेट के मामले में माशाल्लाह मैं तुहाड़ी गल कट के तुहाड़ी मैनेजमेंट भी ठीक है उत्थे जो हालात इत्थे असीं देखे आ माशाल्लाह गैदरिंग ज़्यादा होती है तो एक दो लड़ाइयां का तो पता नहीं चलता किसी टाइम पता कोई नहीं लड़ाई का कमेटी साड़ी मजबूत है माशाल्लाह। हाँ जी वो माशाल्लाह ठीक है पहले करवा देंगे फिर छिड़वा देंगे है कि तुम मुते भी टूरनामेंट करवा के गए अगे है कि हूँ तो माशाल्लाह कल आखिरी दिन है टूरनामेंट का तो मरहला भी इंशाल्लाह कल कि मेहमान तुम आ रहे जी ਅਜ਼ਰ ਗੁੱਜਰ ਅਜਾਜ ਗੁੱਜਰ ਉਮਰ ਗੁੱਜਰ ਉਮਰ ਗੁੱਜਰ ਸਪੋਰਟ ਮੈਂ ਆਣਾ ਸੀ ਜੀ ਵਾਰੀ ਟੀਮ ਦਾ ਆਰਮਡਰ ਆ ਬੈਟਸਮੈਨ ਆਰਮਡਰ ਤੇ ਤੁਹਾਡੀ ਟੀਮ ਦਾ ਹਾਂਜੀ ਅੱਛਾ ਜੀ ਕਲੱਬ ਦਾ ਆਰਮਡਰ ਬੈਟਸਮੈਨ ਆ ਠੀਕ ਹੋ ਗਿਆ ਉਮਰ ਗੁੱਜਰ ਸਾਹਿਬ ਠੀਕ ਹੈ ਨਵੀਦ ਰੋਫ ਨੀਡੋ ਬਰਾਰ ਕਾਸਮ ਅੱਛੇ ਲੜਕੇ ਬਹੁਤ ਐਫਰਟ ਕਰਦੇ ਆ ਸਪੋਰਟ ਬਹੁਤ ਕਰਦੇ ਆ ਕਲੱਬ ਦਾ ਸ਼ੁਕਰ ਆ ਰੱਬ ਨੇ ਇੱਜ਼ਤ ਦਿੱਤੀ ਆ ਉਮਰ ਭਾਈ ਨੂੰ ਬਹੁਤ ਇੱਜ਼ਤ ਜੀ ਗੁੱਜਰ ਸਾਹਿਬ ਬਹੁਤ ਇੱਜ਼ਤ ਦਿੱਤੀ ਆ ਉਮਰ ਗੁੱਜਰ ਆਪਣੇ ਗੋਜਰੇ ਵਾਲੇ ਜੀ ਉਮਰ ਗੁੱਜਰ ਇੱਥੇ ਹਰੀ ਸਿੰਘ ਵਾਲੇ ਅਬਰਾਰ ਭਾਈ ਵੀ ਆ ਰਹੇ ਕੱਲ੍ਹ ਅੱਛਾ ਅਬਰਾਰ ਭਾਈ ਵੀ ਆ ਮਾਸ਼ਾਅੱਲਾ ਸਾਡੇ ਛੋਟੇ ਭਾਈ ਨੇ ਮੇਰੇ ਜੂਨੀਅਰ ਨੇ ਤੇ ਬੜੇ ਰਿਸਪੈਕਟ ਸਾਡੀ ਕਰਦੇ ਨੇ ਤੇ ਕਾਸਮ ਭਾਈ ਆ ਰਹੇ ਨਾਲ ਤੇ ਨੀਡੋ ਨੂੰ ਵੀ ਗਿਆ ਵੇ ਹਾਂ ਨੀਡੋ ਨੂੰ ਘੜ ਜੇ ਉਹ ਵੀ ਕਾਫੀ ਦੇਰ ਮੇਰੇ ਨਾਲ ਇਕੱਠੇ ਅਸੀਂ ਖੇਡਦੇ ਠੀਕ ਹੈ ਆਪਣੇ ਬਹੁਤ ਇੱਜ਼ਤ ਰੱਖੀ ਆ ਰਫਾਨ ਪੱਟੀ ਆ ਮੁੰਡਾ ਅਭਿਆਸ ਅਨਸਾਰੀ ਆ ਲੈਫਟ ਹੀ ਬਹੁਤ ਅੱਛੇ ਆ ਦਾਦਾ ਸ਼ੁਕਰ ਆ ਮੇਰੇ ਵੀ ਸਾਡੀ ਸਟਾਫਾਂ ਬਾਤ ਬੋਲੀ ਕਿ ਮੇਰੀ ਚਲਨ ਸਾਡੇ ਬੁਜ਼ੁਰਗ ਰੱਬ ਨੂੰ ਚਾਹੀਦਾ ਠੀਕ ਹੋ ਗਿਆ ਠੀਕ ਇਹਨਾਂ ਦਾ ਖਿਆਲ ਕਿ ਭਾਈ ਸ਼ੋਟ ਆ ਬਹੁਤ ਇਹਨਾਂ ਦਾ ਮਾਸ਼ਾਅੱਲਾ ਗੈਦਰਿੰਗ ਵੀ ਇਹਨਾਂ ਦੀ ਬਾਹਰ ਦੇਖੀਏ ਕਿ ਠੀਕ ਹੈ ਅਤੇ ਬਾਕੀ ਹੁਣ ਖਾ ਕੇ ਫਿਰ ਤੁਹਾਨੂੰ ਅਸੀਂ ਰਿਵਿਊ ਦੇਵਾਂਗੇ ਅਤੇ ਵੀਰ ਸਦਰ ਭਾਈ ਨੇ ਸ਼ਵਾਰਮਾ ਸਾਡੇ ਅਸੀਂ ਸਪੈਸ਼ਲ ਕਿਹਾ ਅਤੇ ਕੋਕ ਅਤੇ ਦੂਸਰੇ ਭਾਈ ਆ ਰਿਵਿਆ ਜੀ ਸਰ ਕੈਸੀ ਲੱਗੀ ਚਿਪਸ ਤੁਹਾਨੂੰ ਆਲਾ ਜੀ ਲਓ ਜੀ ਇੱਕ ਗਵਾਹੀ ਆ ਗਈ ਜੀ ਅਤੇ ਉਹ ਕਹਿੰਦੇ ਆਲਾ ਅਤੇ ਹੁਣ ਅਸੀਂ ਇਹ ਖਾ ਕੇ ਸ਼ਵਾਰਮੇ ਦਾ ਤੁਹਾਨੂੰ ਦੱਸਦੇ ਹਾਂ ਬਿਸਮਿਲਲਾ ਜੀ ਬਰਕਤ ਜੀ ਅੱਲਾਹ ਖੈਰ ਮਾਸ਼ਾਅੱਲਾ ਜੀ ਠੀਕ ਹੈ ਜ਼ਾਇਕਾ ਅਤੇ ਬਿਕੋਜ਼ ਤੁਸੀਂ ਜਦੋਂ ਵੀ ਇੱਧਰ ਆਓ ਅਬਦੁੱਲਾ ਬੋਲ ਦਿਲਾਵਰ ਕਲੋਨੀ ਅਤੇ ਬਾਈ ਫੂਡ ਬਾਈ ਫੂਡ ਅੱਛਾ ਦਿਲਾਵਰ ਕਲੋਨੀ ਤੋਂ ਇੱਧਰ ਅਤੇ ਇੱਧਰ ਅਬਦੁੱਲ ਇੱਧਰ ਕਿਹੜੀ ਕਲੋਨੀ ਬਣਦੀ ਹੈ ਅਬਦੁੱਲਾ ਅਤੇ ਬਿਕੋਜ਼ ਤੁਸੀਂ ਲਾਜ਼ਮੀ ਵਿਜ਼ਿਟ ਕਰਿਓ ਮਾਸ਼ਾਅੱਲਾ ਭਾਈ ਹੋਰਾਂ ਨੇ ਕਿਹਾ ਚਿਪਸ ਵੀ ਅੱਛੀ ਹੈ ਅਸੀਂ ਚਿਪਸ ਵੀ ਇੱਕ ਖਾ ਕੇ ਦੇਖ ਲੈਂਦੇ ਭਾਈ ਜੀ ਅਤੇ ਬਾਕੀ ਯਕੀਨ ਕਰੋ ਬਾਕੀ ਅੱਛੀ ਹੈ ਅਤੇ ਬਾਕੀ ਲਾਜ਼ਮੀ ਵਿਜ਼ਿਟ ਕਰੋ ਬਾਕੀ ਜ਼ਿੰਦਗੀ ਨੇ ਪਾ ਕੇ ਦੁਬਾਰਾ ਮੁਲਾਕਾਤ ਹੋ ਗਈ ਅੱਲਾ ਹਾਫਿਜ਼।